ਖੇਡ ਆ ਦਰਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ। ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਵੀਰੋ ਤੁਹਾਡਾ। ਅਤੇ ਅਸੀਂ ਅੱਜ ਲੈ ਕੇ ਆਏ ਜੀ ਸਿੱਧੂ ਮੂਸੇ ਵਾਲੇ ਦਾ ਚੱਜ ਦਾ ਵਿਚਾਰ ਵਾਲਿਆਂ ਦੇ ਸ਼ੋਅ 'ਤੇ ਇੰਟਰਵਿਊ, ਅਤੇ ਉਹਦਾ ਪਾਰਟ ਜੀ 4। ਬੜੀਆਂ ਸਲੂਣੀਆਂ ਸਲੂਣੀਆਂ ਗੱਲਾਂ ਹੁੰਦੀਆਂ ਅਸੀਂ ਇੰਟਰਵਿਊ ਦੇ, ਮਜ਼ੇ ਬੜੇ ਆ ਰਹੇ ਨੇ ਯਾਰ, ਬੜੀ ਚੱਸਦਾ ਇੰਟਰਵਿਊ ਹੈ। ਅੱਗੇ ਦੇਖਦੇ ਹਾਂ ਕੀ ਬਣਿਆ ਅਤੇ ਕਿਵੇਂ ਜੱਟ ਦੇ ਪੁੱਤ ਨੇ ਜਵਾਬ ਦਿੱਤੇ, ਅਤੇ ਕਰਦੇ ਹਾਂ ਵੀਡੀਓ ਸ਼ੁਰੂ। ਤੁਸੀਂ ਕਰੋ ਚੈਨਲ ਸਬਸਕ੍ਰਾਈਬ, ਚੈਟ ਤੇ ਵੀਡੀਓ ਵੀ ਲਾਈਕ, ਸ਼ਟ ਬਹੁਤੀ ਖੱਟੀ ਜਾਣੇ। ਜੇ ਗਾਇਕ ਆ ਤੇ ਤਾਂ ਆਪਣੀ ਕਿਸੇ ਨਾਲ ਨਹੀਂ, ਬਹੁਤੀ ਸੁਰ ਮਿਲਦੀ ਬਹੁਤਿਆਂ ਨਾਲ, ਹਨਾ। ਜੇ ਆਪਾਂ ਰਾਜਨੀਤੀ ਚ ਆਇਆ ਉੱਥੇ ਵੀ ਬਹੁਤਿਆਂ ਨਾਲ ਸੁਰ ਨਹੀਂ ਮਿਲ ਰਹੀ। ਕੀ ਕਾਰਨ ਹੈ ਵੀ ਜਿੱਥੇ ਸਿੱਧੂ ਮੂਸੇਵਾਲਾ ਜਾਂਦਾ ਹੈ ਵਿਰੋਧੀ ਨਾਲ ਨਾਲ ਨਾਲੇ ਜੱਟ ਜਾਂਦਾ, ਫੁਆੜੇ ਪਾਉਂਦਾ ਹੈ, ਫੁਆੜੇ ਪੈਂਦੇ ਨੇ। ਹੁਣ ਮੈਂ ਤੁਹਾਨੂੰ ਇਹ ਕਹਿਣਾ ਵੀ ਇਧਰੋਂ ਮੇਰੇ ਵੱਲੋਂ ਤਿੰਨ ਉਂਗਲਾਂ ਨੇ, ਠੀਕ ਹੈ, ਤੁਹਾਡੇ ਵੱਲੋਂ ਇੱਕ ਬਣ ਜਾਓ ਜੀ। ਚੋਣ ਪ੍ਰਚਾਰ ਤੇ 12 ਕਲਾਕਾਰ ਆ ਰਹੇ ਨੇ, ਜੇ ਨਹੀਂ ਬਣਦੀ ਹੁੰਦੀ ਤਾਂ ਕਿਉਂ ਆਉਂਦੇ? ਪਤਾ ਕੀ ਗੱਲ ਹੈ ਸਰ, ਕੀ ਗੱਲ ਹੈ ਮੈਮ, ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਹਜ਼ਾਰਾਂ ਦੀ ਮੈਨੂੰ ਪਤਾ ਵੀ ਨੀ ਉਹ ਕਿੱਥੇ ਰਹਿੰਦੇ, ਉਹਨਾਂ ਨੇ ਕਿੰਨੇ ਗਾਣੇ ਹੁੰਦੇ, ਉਹ ਵੀ ਮੇਰੇ ਬਾਰੇ ਬੋਲ ਰਹੇ ਨੇ। ਜੇ ਤੁਸੀਂ ਕਿਸੇ ਨੂੰ ਮਿਲੇ ਹੋਊਗੇ, ਅੱਜ ਮੈਂ ਤੁਹਾਨੂੰ ਮਿਲ ਗਿਆ, ਸਾਡੀ ਆਪਸ 'ਚ ਲੜਾਈ ਹੋ ਗਈ, ਠੀਕ ਹੈ, ਤੁਹਾਨੂੰ ਮੈਂ ਨੀ ਵਧੀਆ ਲੱਗਿਆ, ਮੈਨੂੰ ਤੁਸੀਂ ਵਧੀਆ ਲੱਗਿਆ, ਅਸੀਂ ਬੋਲਦੀ ਹੈ, ਪਰ ਜਿਹਨੂੰ ਤੁਸੀਂ ਮਿਲੇ ਨੀ ਤੁਹਾਡਾ ਵਿਰੋਧੀ ਕਿਵੇਂ ਹੋ ਸਕਦਾ? ਸੋ ਕਈ ਬੰਦਿਆਂ ਦਾ ਮੈਨੂੰ ਪਤਾ ਹੀ ਨਹੀਂ, ਕਈ ਆਪ ਮਾਰੇ ਬੋਲੀਆਂ ਨੇ ਵੀ ਜੇ ਦੁਬਾਰੇ ਬੋਲੂਗਾ ਤਾਂ ਸਾਨੂੰ ਖੇਤਰ ਚਾਵਾਂਗੇ, ਵਿਰੋਧੀ ਬਣਾਂਗੇ। ਸੋ ਇਹ ਚੀਜ਼ਾਂ ਵੀ ਬਹੁਤ ਚੱਲਦੀਆਂ, ਇਹ ਰਾਜਨੀਤੀ 'ਚ ਵੀ ਬਹੁਤ ਕੁਛ ਹੈ ਅਤੇ ਮਿਊਜ਼ਿਕ ਇੰਡਸਟਰੀ 'ਚ ਤਾਂ ਵਾਲਾ ਹੀ ਹੈ ਇਹ ਚੀਜ਼ਾਂ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਜੀ ਵੀ ਹੁਣ ਗੈਂਗਸਟਰਾਂ ਨੂੰ ਟਿਕਟਾਂ ਮਿਲਣ ਲੱਗ ਪਈਆਂ ਜੀ, ਸਹਿਮਤ ਹੋ ਜੀ? ਹਾਂ ਜੀ, ਮੈਂ ਦੇਖ ਉਹੀ ਗੱਲ ਹੈ ਨਾ ਜੀ, ਵੀ ਪਰਸੈਪਸ਼ਨ ਹੈ ਭਾਈ, ਉਹਨਾਂ ਨੂੰ ਮੈਂ ਗੈਂਗਸਟਰ ਲੱਗਦਾ, ਮੈਨੂੰ ਤਾਂ ਉਹਨਾਂ ਨੂੰ ਸਾਰਾ ਪੰਜਾਬ ਕਹੀ ਜਾਂਦਾ ਵੀ ਗੈਂਗਸਟਰ, ਇਹਨਾਂ ਨੇ ਛੱਡੇ ਕੁਛ ਨਹੀਂ। ਫਿਰ ਹੁਣ ਮੈਂ ਤਾਂ ਕਹਿਣਾ ਨੀ, ਮੇਰੇ ਬਜ਼ੁਰਗ ਨੇ, ਮੇਰੇ ਤੋਂ ਵੱਡੇ ਨੇ, ਮੈਂ ਕਹਿੰਦਾ ਮੇਰੇ ਚਾਚੇ ਤਾਏ ਨੀ ਉਮਰ ਦੇ ਨੇ, ਠੀਕ ਹੈ ਭਾਈ ਜੇ ਤੁਹਾਨੂੰ ਗੈਂਗਸਟਰ ਲੱਗਦਾ। ਮੈਨੂੰ ਕੈਪਟਨ ਸਾਹਿਬ ਨੇ ਵੀ ਕਿਹਾ ਵੀ ਕੈਪਟਨ ਸਾਹਿਬ ਵੀ ਭਾਈ ਜੇ ਤੁਹਾਨੂੰ ਮੈਂ ਗੈਂਗਸਟਰ ਲੱਗਦਾ ਮੈਨੂੰ ਫੜ ਕੇ ਅੰਦਰ ਦੇ ਦਿੰਦੇ, ਜੇ ਮੈਂ ਜੁਰਮ ਕਰਿਆ, ਮੈਂ ਕਿਸੇ ਨੂੰ ਮਾਰਿਆ, ਜੇ ਮੈਂ ਕਿਸੇ ਨੇ ਗੋਲੀ ਮਾਰੀ, ਕਿਸੇ ਨੂੰ ਨੁਕਸਾਨ ਕਰਿਆ, ਮੈਨੂੰ ਫੜ ਕੇ ਫਿਰ ਮੈਨੂੰ ਅੰਦਰ ਕਿਉਂ ਨ੹ੀਂ ਕਰਦੇ? ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਸੀ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਕਹਿੰਦੇ ਵੀ ਚੰਨੀ ਸਰਕਾਰ ਮੇਰੇ ਉੱਤੇ ਤਾਂ ਕਾਰਵਾਈ ਕਰਨ ਦੀ ਗੱਲ ਕਰਦੀ ਹੈ, ਮੇਰੇ ਤੇ ਪਰਚਾ ਦਰਜ ਕੀਤਾ, ਕਹਿੰਦੇ ਫੜ ਲਓ ਕਰਤੀ ਹੈ, ਜਿਹਦੇ ਉੱਤੇ ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਉਹਨੂੰ ਟਿਕਟਾਂ ਦੇਈ ਜਾਂਦੇ ਆ। ਹਾਂ ਉਹੀ ਤਾਂ ਗੱਲ ਹੈ, ਮੈਂ ਉਹੀ ਕਹਿ ਰਿਹਾ ਸਰ ਵੀ ਪਰਚਾ ਮੇਰੇ ਤੇ ਦਰਜ ਹੋਇਆ, ਪਰਚਾ ਦਰਜ ਹੋ ਕੇ ਉਹ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ, ਉਹਦੀ ਸੱਚਾਈ ਹਲੇ ਆਉਣੀ ਹੈ, ਜਿੱਦਣ ਮੇਰੇ ਤੇ ਦੋਸ਼ ਪਾਏ ਗਏ ਮੈਨੂੰ ਕੱਢ ਦੇਣਾ, ਗੱਲ ਇਹੀ ਹੈ ਨਾ ਜੇ। ਹੁਣ ਮੈਂ ਉਹੀ ਗੱਲ ਹੈ ਨਾ ਵੀ ਮੈਂ, ਅਸੀਂ ਰਾਜਨੀਤੀ ਉਹ ਨਹੀਂ ਕਰਨੀ ਵੀ ਲੋਕਾਂ ਨੂੰ ਕਿਸੇ ਦੇ ਕਰੈਕਟਰ ਅਸਾਸੀਨੇਸ਼ਨ ਕਰੀ ਜਾਏ, ਮੈਂ ਹੁਣ ਵਿਕਰਮ ਮਜੀਠੀਆ ਨੂੰ ਕਹੀ ਜਾਵਾਂ ਉਹ ਵੱਡਾ ਭਰਾ ਹੈ, ਉਹਨੂੰ ਕਵਾਂ ਵੀ ਮੈਂ ਤੂੰ ਚੱਟਾ ਵੇਚ ਰਫਲਾਣਾ ਵੀ, ਮੇਰਾ ਇਹ ਨਹੀਂ ਹੈਗਾ, ਇਲਜ਼ਾਮ ਤਾਂ ਉਹਦੇ 'ਤੇ ਵੀ ਲੱਗੀ ਜਾਂਦੇ ਵਿਚਾਰੇ 'ਤੇ, ਮੈਂ ਕਵਾਂ ਵੀ ਮੇਰੇ 'ਤੇ, ਮੈਨੂੰ ਕਹੀ ਜਾਂਦਾ ਕਿ ਠੀਕ ਹੈ ਭਾਈ ਜੇ ਤੁਹਾਨੂੰ ਲੱਗਦਾ ਠੀਕ ਹੈ ਵੀ ਮੈਂ ਕਿਸੇ ਦਾ ਕਰੈਕਟਰ ਅਸਾਸੀਨੇਸ਼ਨ ਨਹੀਂ ਕਰਦਾ, ਜੋ ਮੇਰੇ ਬਾਰੇ ਕੁਛ ਕਹਿੰਦਾ ਠੀਕ ਹੈ, ਵਕਤ ਬਹੁਤ ਵੱਡਾ ਗਵਾਹ ਹੈ ਹਰੇਕ ਚੀਜ਼ ਦਾ, ਵਕਤ ਨੇ ਹਰੇਕ ਚੀਜ਼ ਦਾ ਪਹਿਲਾਂ ਵੀ ਜਵਾਬ ਦਿੱਤਾ। ਹਾਂਜੀ, ਤੁਹਾਡਾ ਗੀਤ ਆਇਆ ਸੀ ਇੱਕ ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਕਿ ਜੱਟੀ ਪਤਾ ਨਹੀਂ ਮਾਈ ਭਾਗੋ ਜਿਹੀ ਤਸਵੀਰ ਕੁਛ ਏਦਾਂ ਤੁਸੀਂ ਤੁਲਨਾ ਕੀਤੀ, ਉਸ ਤੋਂ ਬਾਅਦ ਵਿੱਚ ਤੁਹਾਡੇ ਉੱਪਰ ਲੱਗੀ 295, ਜਿਸ ਤੋਂ ਬਾਅਦ ਤੁਹਾਡਾ ਗਾਣਾ ਆਇਆ 295 ਜਿਹਦੇ ਤੁਸੀਂ ਇਹ ਗੱਲ ਕਹੀ ਕਿ ਸੱਚ ਬੋਲੋ ਤਾਂ ਲੱਗਦੀ ਹੈ 295, ਕੀ ਜੋ ਪਹਿਲਾਂ ਤੁਸੀਂ ਗੱਲ ਕਹੀ ਸੀ ਉਹ ਸੱਚੀ ਸੀ ਤਾਂ ਮੰਨਦੇ ਹੋ 295? ਮੈਂ ਤੁਹਾਨੂੰ ਦੱਸ ਦਊਂਗਾ ਵੀ ਮੇਰਾ ਇੱਕ ਪੁਆਇੰਟ ਆਫ ਵਿਊ ਸੀ, ਇੱਕ ਗਾਣਾ ਮੈਨੂੰ ਲਿਖਣ ਲਈ ਕਿਹਾ ਗਿਆ ਵੀ ਇੱਕ ਕੁੜੀ ਹੈ ਮੁੰਡਿਆਂ ਦੀ ਤਰ੍ਹਾਂ ਕਰੈਕਟਰ ਆ ਉਹਦਾ, ਬਰੇਵ ਹੈ, ਉਹ ਇੱਕ ਐਗਜ਼ਾਮਪਲ ਸੈੱਟ ਕਰਦੀ ਹੈ ਵੀ ਕੁੜੀਆਂ ਵੀ ਦਲੇਰ ਹੋ ਸਕਦੀਆਂ, ਤਾਂ ਸਾਡੀ ਦਲੇਰੀ ਦਾ, ਕੁੜੀਆਂ ਦੀ ਦਲੇਰੀ ਦਾ, ਔਰਤ ਦੀ ਦਲੇਰੀ ਦਾ ਸਭ ਤੋਂ ਵੱਡਾ ਪੁੰਜ ਜੇ ਆਪਾਂ ਕਹੀਏ ਸਾਡੇ ਇਤਿਹਾਸ ਦੇ ਵਿੱਚ ਮਾਈ ਭਾਗੋ ਜੀ ਨੇ, ਤਾਂ ਮੈਂ ਇਸ ਚੀਜ਼ ਨੂੰ ਇਸ ਹਿਸਾਬ ਨਾਲ ਰਿਪ੍ਰਜੈਂਟ ਕਰਿਆ ਸੀ ਵੀ ਮੇਰੇ ਹੋ ਸਕਦੇ ਆ ਕੱਪੜੇ ਅੱਜ ਦੇ ਮਾਡਰਨ ਜ਼ਮਾਨੇ ਦੇ ਨਾਲ, ਫਟੀ ਹੋਈ ਜੀਨ ਪਾਈ ਹੋਵੇ, ਮੇਰੇ ਕੰਨਾਂ ਝੁਮਕੇ ਲਮਕਦੇ ਹੋਣ, ਮੈਂ ਫੈਸ਼ਨੇਬਲ ਹੋ ਸਕਦੀ ਹਾਂ, ਪਰ ਮੇਰੇ ਸੰਸਕਾਰ ਮਾਈ ਭਾਗੋ ਵਾਲੇ, ਮੈਂ ਇਹ ਗੱਲ ਕਹੀ ਸੀ। ਉਹ ਬਣਾ ਕੇ ਮਾਈ ਭਾਗੋ ਅੱਧ ਨੰਗੇ ਕੱਪੜੇ ਵਾਲੀਆਂ ਇਹੋ ਜਿਹੀਆਂ ਮਾਡਲਾਂ ਨੂੰ ਮਾਈ ਭਾਗੋ, ਯਾਰ ਮਾਡਲਾਂ ਕਿਸੇ ਦੀਆਂ ਕੁੜੀਆਂ ਨੀ, ਬਿਲਕੁਲ ਸਹੀ, ਠੀਕ ਹੈ। ਜੇ ਕਿਸੇ ਦਾ, ਮੇਰਾ ਗਾਇਕੀ ਪੇਸ਼ਾ ਹੈ, ਗਾਇਕੀ ਦਾ ਮਤਲਬ ਮੈਂ ਕੰਜਰ ਥੋੜੀ ਹਾਂ, ਮੈਂ ਜੱਟਾਂ ਦਾ ਮੁੰਡਾ, ਮੈਂ ਖੇਤੀ ਕਰਦਾ, ਮੈਂ ਪ੍ਰੋਫੈਸ਼ਨ ਬਣ ਗਿਆ, ਮੇਰਾ ਸ਼ੌਂਕ ਸੀ, ਠੀਕ ਹੈ। ਉਹੀ ਗੱਲ ਮੈਂ ਇਹੀ ਉਹ ਗਾਣੇ ਦੇ ਵਿੱਚ ਵੀ ਇਹ ਗੱਲ ਕਹੀ ਹੈ ਵੀ ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ, ਲੋਕ ਕਰਦੇ ਆ ਜਾਜੇ ਉਹਦੇ ਕੰਮ ਕਰਕੇ, ਵੀ ਜੇ ਇੱਕ ਕੁੜੀ ਨੇ ਛੋਟੇ ਕੱਪੜੇ ਪਾਏ ਆ ਉਹ ਡਾਂਸ ਕਰੇ ਤਾਂ ਯਾਰ ਲੋਕ ਇਹ ਰੱਬ ਇਹਨਾਂ ਦਾ ਹੈ ਹੀ ਨੀ। ਤੁਸੀਂ ਉਹਨਾਂ ਦੀ ਤੁਲਨਾ ਕਰੋ ਨਾ, ਮੇਰਾ ਖਿਆਲ ਹੈ ਮੇਰਾ ਪੁਆਇੰਟ ਆਫ ਵਿਊ ਆ ਵੀ ਤੁਸੀਂ ਉਹਨਾਂ ਦੀ ਤੁਲਨਾ ਕਰੋ ਵੀ ਭਾਈ
ਇਹ ਤੂੰ ਬਹੁਤ ਸੋਹਣਾ ਨੱਚ ਰਹੀ ਹੈ ਤੁਸੀਂ ਬਹੁਤ ਸੋਹਣਾ ਨ੍ਰਿਤ ਪੇਸ਼ ਕਰ ਰਹੇ ਹੋ ਜਾਂ ਫਿਰ ਉਹਦੀ ਵੀਡੀਓ ਉਸ ਹਿਸਾਬ ਦੀ ਬਣ ਸਕਦੀ ਸੀ ਜਿਹਦੀ ਗੱਲ ਕੀਤੀ ਗਈ ਹੈ ਮਾਈ ਭਾਗੋ ਜੀ ਦੇ ਸਤਿਕਾਰਯੋਗ ਮਾਈ ਭਾਗੋ ਜੀ ਦਾ ਜ਼ਿਕਰ ਉਸ ਤਸ਼ਮੀਹ ਗਲਤ ਹੋ ਗਈ ਨਹੀਂ ਤੁਸੀਂ ਦੇਖੋ ਜੀ ਉਹੀ ਗੱਲ ਹੈ ਇਹ ਨਜ਼ਰੀਆ ਨਜ਼ਰੀਏ ਦਾ ਫਰਕ ਹੈ ਮੈਂ ਕਿਹਾ ਮਾਈ ਭਾਗੋ ਜੀ ਇਹ ਤਸਵੀਰ ਮੁੰਡਿਆ ਪਰੀਆਂ ਦੇ ਪੈਂਦੇ ਜੇ ਭੁਲੇਖੇ ਮੁੱਕਦੇ ਮੈਂ ਸ਼ਕਲੋਂ ਜੇ ਤੈਨੂੰ ਐ ਸੋਹਣੀ ਜਾਂ ਕੁਛ ਹੋਰ ਲੱਗ ਰਹੀ ਹੈ ਤੈਨੂੰ ਮੈਂ ਕੁਛ ਹੋਰ ਦਿਖ ਰਹੀ ਹਾਂ ਪਰ ਮੇਰੇ ਸੰਸਕਾਰ ਮਾਈ ਭਾਗੋ ਵਾਲੇ ਆ ਮੈਂ ਤਲਵਾਰ ਵੀ ਚੱਕਣੀ ਜਾਣਦੀ ਵੀ ਕਿਤੇ ਤੂੰ ਮੈਨੂੰ ਮੇਰੀ ਸ਼ਕਲ ਜਾਂ ਮੇਰੇ ਬਿਹੇਵੀਅਰ ਤੋਂ ਇਹ ਜੱਜ ਕਰ ਲਈ ਮੈਂ ਕਿਸੇ ਐਰੀ ਗੈਰੀ ਕੁੜੀਆਂ ਨਿੜਨਾ ਹੀ ਮੇਰੇ ਸੋ ਮੇਰਾ ਤਾਂ ਕਹਿਣ ਦਾ ਨਜ਼ਰੀਆ ਇਹ ਹੈ ਹੁਣ ਕਿਸੇ ਨੇ ਹੋਰ ਕਰਤਾ ਤਾਂ ਉਹਦਾ ਮੈਂ ਕੀ ਕਰ ਸਕਦਾ ਸਿੱਧੂ ਮੂਸੇਵਾਲਾ ਗਾਣੇ ਦੇ ਵਿੱਚ ਇਹ ਕਹਿੰਦਾ ਵੀ ਲੀਡਰ ਨੇ ਇੱਥੇ ਹੱਕਦਾਰ ਬੋਲ ਜੀ ਸਰ ਤੇ ਹੁਣ ਵੋਟਾਂ ਮੰਗ ਰਿਹਾ ਵੋਟਾਂ ਮੰਗ ਰਿਹਾ ਲੀਡਰ ਉਹ ਹੱਕਦਾਰ ਨੇ ਮੈਂ ਉਦੋਂ ਪਹਿਲਾਂ ਵੀ ਇੱਕ ਸਰ ਲੈਣ ਲਿਖੀ ਹੈ ਉਹ ਵੀ ਸੁਣੋ ਕੁਝ ਲਿਖਿਆ ਸੀ ਲੀਡਰ ਵਰਾਉਂਦੇ ਦੇ ਕੇ ਆਟਾ ਇਹਨਾਂ ਨੂੰ ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ ਤੁਹਾਡੀ ਪਾਰਟੀ ਵੀ ਐਂ ਕਰ ਰਹੀ ਹੈ ਨਹੀਂ ਸਾਡੀ ਪਾਰਟੀ ਨਹੀਂ ਆਟਾ ਨਹੀਂ ਉਹ ਕਹਿੰਦੇ 2-2 ਹਜ਼ਾਰ ਰੁਪਿਆ ਔਰਤਾਂ ਨੂੰ ਦੇਵਾਂਗੇ ਆਇਲਸ ਵੀ ਕਰਾ ਦੇਾਂਗੇ ਮੁੰਡੇ ਬਈ ਮੈਂ ਤੁਹਾਨੂੰ ਦੱਸ ਦਿੰਦਾ ਮੈਂ 20 ਦਿਨ ਹੋ ਗਿਆ ਇਸ ਖੇਤਰ 'ਚ ਆਉਂਦੇ ਨੂੰ ਸਾਡੇ ਲੋਕ ਇਹੋ ਜਿਹੀਆਂ ਚੀਜ਼ਾਂ ਭਾਲਦੇ ਨੇ ਸੱਚਾਈ ਨੂੰ ਇੱਥੇ ਕੋਈ ਨਹੀਂ ਪੁੱਛਦਾ ਹੁਣ ਕੇਜਰੀਵਾਲ ਕਹੀ ਜਾਂਦਾ 1000-1000 ਰੁਪਿਆ 13 ਸਾਰੇ ਨਹੀਂ ਮਾੜੀ ਗੱਲ ਉਦੋਂ ਵੱਧ ਮਾੜੀ ਗੱਲ ਲੋਕਾਂ ਦੀ ਬਿਲਕੁਲ ਸਹੀ ਆ ਮੈਂ ਇੱਕ ਸਪੀਚ 'ਚ ਬੋਲਿਆ ਮੇਰੀ ਗੱਲ ਦਾ ਬੁਰਾ ਮੰਨਿਆ ਲੋਕਾਂ ਨੇ ਮੈਂ ਕਿਹਾ ਯਾਰ ਤੁਸੀਂ ਗੱਲਾਂ ਕਰਦੇ ਹੋ ਸਾਨੂੰ ਇਮਾਨਦਾਰ ਲੀਡਰ ਚਾਹੀਦਾ ਫਲਾਣਾ ਚਾਹੀਦਾ ਤਿਗੜਾ ਚਾਹੀਦਾ ਤੁਸੀਂ ਮੰਗਦੇ ਕੀ ਹੋ ਜੀ ਫਰੀ ਦੇ ਭਾਂਡੇ ਬਿਜਲੀ ਬਿੱਲ ਮਾਫ 1000-1000 ਰੁਪਇਆ ਮਹੀਨੇ ਦਾ ਤੁਸੀਂ ਮੈਨੂੰ ਇਹ ਦੱਸੋ 1000 ਰੁਪਏ ਮਹੀਨੇ ਨਾਲ ਜ਼ਿੰਦਗੀ ਕੱਢ ਲਉਂਗੇ ਤੁਸੀਂ ਮੈਨੂੰ ਇਹ ਦੱਸੋ ਫਰੀ ਦੇ ਭਾਂਡੇ 'ਚ ਸਾਰੀ ਜ਼ਿੰਦਗੀ ਰੋਟੀ ਖਾ ਲਉਂਗੇ ਇਹ ਨਹੀਂ ਖਾ ਸਕਦੇ ਤੁਸੀਂ ਕਦੇ ਸ਼ਰਾਬਾਂ ਮੰਗਦੇ ਹੋ ਕਦੇ ਪੈਸੇ ਮੰਗਦੇ ਹੋ ਵੋਟਾਂ 'ਤੇ ਫਿਰ ਤੁਸੀਂ ਗਾਲਾਂ ਕੱਢਦੇ ਹੋ ਵੀ 5 ਸਾਲਾਂ 'ਚ ਸਾਨੂੰ ਲੁੱਟ ਕੇ ਖਾ ਗਿਆ ਓਏ ਲੁੱਟ ਕੇ ਖਾ ਗਿਆ ਲੀਡਰ ਸਰਕਾਰਾਂ ਲੁੱਟ ਕੇ ਖਾ ਗਈਆਂ ਅਤੇ ਜਿਹੜਾ ਅਸੀਂ 20 ਦਿਨਾਂ 'ਚ ਲੁੱਟਦੇ ਹਾਂ ਉਹ ਕਿਹਨੂੰ ਦੱਸੋਗੇ ਜਿੰਨਾ ਉਹ ਤਾਂ 5 ਸਾਲਾਂ 'ਚ ਲੁੱਟਦਾ ਉਹ ਆਪਦੇ ਪੈਸੇ ਪੂਰੇ ਕਰਦਾ ਜਿਹੜੇ ਇਲੈਕਸ਼ਨ 'ਤੇ ਲੱਗੇ ਆ ਅਤੇ ਤੁਸੀਂ 20 ਦਿਨਾਂ 'ਚ ਲੁੱਟਦੇ ਹੋ ਦੱਸੋ ਮਾੜਾ ਵੱਧ ਕੌਣ ਹੈ ਭਾਈ ਤੁਸੀਂ ਮੈਂ ਮੇਰੇ ਪਿੰਡ ਦੇ ਵਿੱਚ ਜਦੋਂ ਮੈਂ ਸਰਪੰਚੀ ਜਿੱਤੀ ਹੈ ਨਾ ਉਦੋਂ ਸਾਡੇ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਵਿਕਦੀ ਸੀ ਸਾਡੀਆਂ ਬੁੜੀਆਂ ਬਹੁਤ ਤੰਗ ਸੀ ਮੈਂ ਜਦੋਂ ਬਜ਼ੁਰਗ ਨੂੰ ਕਿਹਾ ਸਾਡੇ ਪਿੰਡ ਵਾਲੇ ਨੂੰ ਮਹਾਂ ਮੈਨੂੰ ਵੋਟਾਂ ਪਾ ਦੇਗਾ ਬਾਪੂ ਮੇਰੇ ਨਾਲ ਪੱਕਾ ਲਿਆ ਜੀ ਜਿਹੜੇ ਬੜੇ ਬੜੇ ਨਾਲ ਮੈਂ ਬੈਠਦਾ ਮੇਰੇ ਬਜ਼ੁਰਗਾਂ ਨਾਲ ਹੀ ਦੋਸਤੀ ਹੈ ਮੇਰੇ ਲਾਣੇ ਦੇ ਬਾਬੇ ਨੇ ਉਹਨਾਂ 'ਚੋਂ 2-3 ਵਿਚਾਰੇ ਸਵਰਗ ਸਾਰ ਕੇ ਦੋ ਕੀ ਰਹਿ ਗਏ ਹੁਣ ਤਾਂ ਉਹ ਕਹਿੰਦਾ 10 ਰੁਪਿਆ ਦੇਗਾ ਤਾਂ ਪਾ ਦਿਆਂਗੇ ਉਹਦੀ ਵਾਈਫ ਕਹਿੰਦੀ ਮੇਰੀ ਬੇਬੇ ਸੀ ਕਿਸੇ ਵੋਟ ਪਾ ਦਿਆਂਗੇ ਅਸੀਂ ਅੱਕੇ ਪਏ ਹਾਂ ਭਾਈ ਵੋਟਾਂ ਤੈਨੂੰ ਪਾ ਦਿਆਂਗੇ ਜੇ ਆਹ ਦਾਰੂ ਦਾ ਕੋਹੜ ਵੱਢਦੇ ਪਿੰਡ 11 ਡੱਬੇ ਸ਼ਰਾਬ ਦੇ ਵਿਕਰੇ ਸਾਡੇ ਪਿੰਡ ਇਸ ਵਕਤ ਤੁਪਕਾ ਵੀ ਵੀ ਕੰਮ ਚੱਲਦਾ ਯਾਰ ਮਤਲਬ ਕਿ ਆਵਾਮ ਹਲੇ ਤੱਕ ਉਧਰ ਦੀ ਵੀ ਨਹੀਂ ਸੁਧਰੀ ਹਲੇ ਤੱਕ ਸਹੀ ਗੱਲ ਹੈ ਕਿ ਜਿਹੋ ਜਿਹਾ ਮਤਲਬ ਆਵਾਮ ਹੋਵੇ ਉਹ ਜਿਹਾ ਨੂੰ ਹੁਕਮਰਾਨ ਹੁੰਦਾ ਅਸੀਂ ਖੁਦ ਠੀਕ ਹੋਵਾਂਗੇ ਤੇ ਅੱਗੋਂ ਹੁਕਮਰਾਨ ਵੀ ਸਾਡੇ ਠੀਕ ਹੋਣਗੇ ਹੁਣ ਅਸੀਂ ਆਨੇ ਆ ਕਿ ਅਸੀਂ ਉਹੀ ਗੱਲ ਕਿ ਅੰਦਰੋਂ ਅੰਦਰੀ ਵੋਟ ਪਾਉਣ ਲੱਗਿਆ 10-10 ਹਜ਼ਾਰ ਲੈ ਲਈਏ ਤੇ ਜਿੰਨੇ ਹੁਣ ਤੁਹਾਨੂੰ ਸਾਰਿਆਂ 10-10 ਹਜ਼ਾਰ ਦੇਣਾ ਨਾ ਪੂਰੇ ਵੀ ਤੇ ਕਰਨੇ ਨਾ ਵੀਰ ਪੂਰੇ ਵੀ ਨਹੀਂ ਕਮਾਉਣੇ ਵੀ ਨੇ ਉੱਤੋਂ ਪ੍ਰਾਫਿਟ ਵੀ ਲੈਣਾ ਉਹਨੇ ਪੂਰਾ ਵੀ ਪੂਰਾ ਫੇਰਨਾ ਸਾਡੇ ਵੇਖਿਆ ਜੇ ਨਾ ਤਪਾਈਆਂ ਫਿਰੀਆਂ ਸਵਾਲ ਹੁਣ ਤੋਂ ਪਹਿਲਾਂ ਬਾਤ ਇਹ ਸਵਾਲ ਜਿਹੜੇ ਜੰਨਾ ਸਿਰਫ ਔਰ ਸਿਰਫ ਕਿਸੇ ਤਰੀਕੇ ਇਸ ਬੰਦੇ ਨੂੰ ਲਿਫਾਇਆ ਜਾ ਰਿਹਾ ਸੀ ਮਤਲਬ ਇਹ ਸਾਬਤ ਕੀਤਾ ਜਾ ਰਿਹਾ ਪਤਾ ਨਹੀਂ ਇਹਨਾਂ ਨੂੰ ਕਿਸ ਬੰਦੇ ਦੀ ਅਪਰੋਚ ਪਿੱਛੇ ਕਿ ਇਹਨੂੰ ਕਿਸ ਤਰੀਕੇ ਗਲਤ ਸਾਬਤ ਕਰੋ ਜਾਂ ਇਹ ਸਿਰਫ ਆਪਣੀ ਜਿਹੜੀ ਲਾਈਟ ਜਿਹੀ ਕੰਟਰੋਵਰਸੀ ਸ਼ੋਅ ਕਰ ਰਹੇ ਨੇ ਜਿਹੜੀ ਕਿ ਸੋਸ਼ਲ ਮੀਡੀਆ 'ਤੇ ਇਹਨਾਂ ਦੀ ਚੱਲ ਰਹੀ ਸੀ ਅਗਲਾ ਪਾਰਟ ਦੇਖਾਂਗੇ ਮਜ਼ੀਦ ਗੱਲਾਂ ਸਾਹਮਣੇ ਆਉਣਗੀਆਂ ਆਸਾਂ ਮਿਲਦੇ ਅਗਲੇ ਪਾਰਟ 'ਚ ਅੱਜ ਦੀ ਵੀਡੀਓ ਦੀ ਇੰਨਾ ਹੀ ਮਤਲਬ ਸਾਡੇ ਲੋ ਗਿਆ